जय श्री राम, हर हर महादेव, श्री वाहिगुरु का खालसा, श्री वाहिगुरु की फतेह। मैं विक्रम गंधोत्रा, राष्ट्रीय अध्यक्ष आल इंडिया हिंदू एकता मंच तो, नाल मेरे जो राष्ट्रीय के चेयरपर्सन है निशा चौहान जी और जोड़े साडे डिस्ट्रिक्ट ने ज्योति शंगारी जी, नाल जोड़े प्रसिद्ध समाज सेवक है वह पनीत सेठी जी अज नाल आए ने। साडा जो अच्छ प्रैस कॉन्फ्रेंस करने का बहुत मेन मुद्दा सीगा, वो सीगा एक आप सरकार कह रही है बदलाव। उस बदलाव के करप्शन खत्म करने की गल की गई सी, उसदे विच एक एन जी ओ है जागदा जमीर, जिहड़े जिहड़े प्रधान है सुभाष सहगल जी ने और उन्होंने जिहड़ी राष्ट्रीय चेयरपर्सन है सीमा वर्मा, उफ उहदा जिहड़ा असली नाम है कोमल वर्मा, ये उहदे वास्ते प्रैस कॉन्फ्रेंस की जा रही है। वो साडे प्रैस कॉन्फ्रेंस करन दा मतलब यह हैगा जी कि सुभाष सहगल जी की रोज़ असीं देखते हैं लाइव से देखते हैं, हर उहदे कई 69 नंबर वाल 77 नंबर वाल हर वाडा जा जा के इस चीज़ का बखाण कर रहा है कि दड़ा सट्टा चिट्टा प्रोसीट्यूट कबूतरबाजी सब खत्म करांगे, पर हकीकत बिल्कुल परे है। उन्होंने राष्ट्रीय चेयरपर्सन सीमा वर्मा उफ कोमल वर्मा खुलासा किया कि सुभाष शर्मा जी सुभाष सहगल जी जिहड़े आ उह लड़कियां दा जोर शोषण करते हैं, वैश्यावृत्ति च उन्होंने हाथ हैगा वा, कबूतरबाजी च उन्होंने हाथ हैगा वा, और जिहड़ा गलत कीता ने किहदे नाल की गलत कीता है, सहगल ने भी सैक्स किया कोमल नाल, कीता कि नहीं कीता मैनू सब पता है, मैनू किसे दा कुछ नहीं पता, मैं मेरी एक गल दा तुसी जवाब दो। हां जी, लोग दल्ला कहंदे ने, ਇਹਨੂੰ ਲੋਕ ਦੱਲਾ ਕਹਿੰਦੇ ਨੇ, ਵੀਡੀਓ ਮਿੰਟ ਬਾਅਦ ਹੀ ਦੱਲਾ ਲਿਖ ਕੇ ਪਾ ਦਿੰਦੇ ਮੱਥੇ ਤੇ, ਕਦੀ ਲੋਕ ਕਹਿੰਦੇ ਆਹ ਕਰਦਾ ਤੇ ਮੈਨੂੰ ਖੁਦ ਨੂੰ ਪਤਾ ਵੀ ਹੈਗਾ ਕਿ ਇਹ ਕੀ ਕਰਦਾ ਆ, ਮੈਨੂੰ ਖੁਦ ਨੂੰ ਪਤਾ ਆ ਇਹਦੀ ਲਿਸਟ ਹੈਗੀ ਮੇਰੇ ਕੋਲ, ਸਮਝ ਗਏ ਹੋ ਕਿ ਨਹੀਂ। ਇੱਕ ਕੁੜੀ ਇਹਨਾਂ ਨੇ ਪਰ ਉਹਦਾ ਨਾਮ ਮੈਨੂੰ ਭੁੱਲ ਗਿਆ, ਮੈਂ ਨਾਮ ਵੀ ਦੱਸ ਦੂੰਗੀ ਉਹਦਾ ਕੀ ਸੀਗਾ। ਇਹਨੇ ਤੇ ਜੁਗਰਾਜ ਨੇ ਉਹ ਗੰਦ ਪਾਇਆ ਉਹ ਕੁੜੀ ਦਾ, ਇਹਨੇ ਉੱਪਰ ਜਾ ਕੇ ਬਰਥਡੇ ਵੀ ਮਨਾਇਆ ਔਰ ਮੁੜ ਕੇ ਉਹਦੇ ਨਾਲ ਗਲਤ ਵੀ ਹੋਏ, ਮੈਨੂੰ ਸਾਰਾ ਪਤਾ ਇਹਨਾਂ ਦੀਆਂ ਰਿਪੋਰਟਾਂ ਦਾ, ਪਰ ਮੈਂ ਫਿਰ ਵੀ ਖਲੋਂਦੀ ਕਿਉਂਕਿ ਮੇਰਾ ਆਪਣਾ ਸਟੈਂਡਰਡ ਸਟੇਟਸ ਆ, ਮੈਂ ਕਿਸੇ ਨੂੰ ਪਾਕਾ ਹੀ ਨਹੀਂ ਪਾਇਆ ਕਦੀ, ਮੇਰੀ ਤੇ ਜ਼ਰੂਰਤ ਆ ਖਲੋਣ ਦੀ, ਮੈਂ ਖਲੋਂਦੀ ਸੀ ਠੀਕ ਹੈ ਨਾ। ਮੈਨੂੰ ਹੁੰਦਾ ਵੀ ਉਹ ਆਪਣੀ ਆਪਣੀ ਪਰਸਨਲ ਲਾਈਫਾਂ ਗਈਆਂ ਨੇ ਲੋਕਾਂ ਦੀਆਂ, ਕਰੀ ਜਾਓ ਜੋ ਕਰਨਾ ਕਰੀ ਜਾਓ, ਨਹੀਂ ਧੱਕਾ ਮੇਰੇ ਨਾਲ ਇਹਨਾਂ ਨੇ ਕੀ ਕਰਨਾ। ਮੇਰੀ ਭੈਣ ਚੋਦਾਂ ਨੇ 70,000 ਰੁਪਏ ਤਨਖਾਹ ਲਾਈ ਆ, ਮੈਂ ਤੇ ਫਿਰ ਪੂਰੀ ਪੰਜਾਬੀ ਚ ਗਾਲ ਵੰਨੀ ਹੁੰਦੀ ਆ ਕਿ ਮੇਰੀ 70,000 ਰੁਪਏ ਤਨਖਾਹ ਲਾਈ ਕਿਸੇ ਨੇ। ਆਹੋ ਬਿਲਕੁਲ ਸਹੀ ਗੱਲ ਹੈਗੀ ਆ, ਭੈਣ ਚੋਦੋ ਮੇਰੇ ਤੇ ਰੋਟੀ ਨੀ ਘਰ ਚ ਵੀ ਹੁੰਦੀ ਤੇ ਤੁਸੀਂ ਕਦੀ ਮੈਨੂੰ ਪੁੱਛਿਆ ਹੀ ਨਹੀਂ ਤੇਰੇ ਘਰ ਚ ਰੋਟੀ ਬਣੀ ਵੀ ਆ ਕਿ ਨਹੀਂ ਬਣੀ ਆ। ਬਿਲਕੁਲ ਬਿਲਕੁਲ, ਹਾਂ ਮੈਂ ਕਿਸੇ ਦੀ ਭੈਣ ਨੂੰ ਜਾਣੇ ਪੰਜਾਬੀ ਚ ਫਿਰ ਤੇ ਬਾਕੀ ਜੇ ਮੈਨੂੰ ਜੈਸਮੀਨ ਵਾਲੇ ਚ ਗਲਫ ਦੇ ਕੰਮ ਚ ਪੈਸੇ ਹਿੱਸਾ ਦਿੰਦਾ ਤੇ ਉਹ ਮੇਰੀ ਕਮਿਟਮੈਂਟ ਤੇ ਦਿੰਦੇ ਨੇ, ਮੈਂ ਕੋਈ ਇੰਟਰਫੇਅਰ ਕੀਤੀ ਕਦੀ, ਮੈਨੂੰ ਇਹ ਕੋਈ ਭੀਖ ਥੋੜੀ ਦਿੰਦੇ। ਜੇ ਕਵੇ ਕਿ ਮੈਂ ਇਹਨੂੰ ਸੀਮਾ ਨੂੰ ਦਿੱਤਾ ਤੇ ਮੈਨੂੰ ਕੀ ਦਿੱਤਾ, ਮੈਂ ਤੈਨੂੰ ਜੈਸਮੀਨ ਮਿਲਾਈ ਨਹੀਂ, ਜੈਸਮੀਨ ਤੋਂ ਕਿੰਨਾ ਪੈਸਾ ਹੈ ਵੱਟਿਆ ਨੇ ਅੱਜ ਤੱਕ ਨਾ, ਨਾ ਨਾ ਕਰਦੇ 1,10,000 ਰੁਪਇਆ ਨੇ ਪੂਜਾ ਕੋਲੋਂ ਖਾਧਾ ਹੈ ਦੋਵੇਂ ਮੁੰਡਿਆਂ ਦਾ, ਉਹ ਜ਼ਿਆਦਾ ਦੱਸਦੀ ਆ 1,10,000 ਰੁਪਇਆ ਮੇਰੀ ਨਜ਼ਰਾਂ ਚ ਦੋਵੇਂ ਮੁੰਡਿਆਂ ਦਾ, ਸਾਨੂੰ ਸੀਮਾ ਨੂੰ ਕੀ ਦਿੱਤਾ 1,000 ਰੁਪਇਆ। ਮੈਂ ਪੂਜਾ ਮੈਡਮ ਮੈਨੂੰ ਜ਼ਿਆਦਾ ਕਹਿੰਦੀ, ਕਹਿੰਦੇ ਮੈਨੂੰ ਲੁੱਟ ਰਿਹਾ, ਮੇਰਾ 3,00,000 ਦੇ ਕਰੀਬ ਹੋ ਗਿਆ ਦੋਨਾਂ ਮੁੰਡਿਆਂ ਦਾ ਲੈ ਲਿਆਂਦਾ, ਹੋ ਗਿਆ ਹੋਊਗਾ ਤੇ ਸੀਮਾ ਨੇ ਕੀ ਖਾਦਾ 1,000 ਰੁਪਇਆ, 1,000 ਉਹਦਾ ਤੇ 1,000 ਉਹਦਾ, ਸੀਮਾ ਨੇ ਵੱਧ ਤੇ ਨਹੀਂ ਖਾਦੇ ਤੇ ਪੈਨਸ਼ਨ ਸੀਮਾ ਨੇ ਪੂਰੀ ਬਰਾਬਰ ਲਈ ਇਹਨਾਂ ਦੇ ਨਾਲ। ਤੇ ਹੁਣ ਤੂੰ ਕੁੱਤਿਆਂ ਵਕਣ ਆ ਕੇ ਘੜੀਕ ਨੂੰ ਭੌਂਕੇਗਾ, ਚਿੱਟਾ ਚਿੱਟਾ ਚਿੱਟੇ ਦੇ ਵਪਾਰੀ, ਚਿੱਟੇ ਦੀ ਵਪਾਰੀ, ਚਿੱਟਾ ਤੇ ਮਰ ਗਿਆ, ਤੂੰ ਵਿਕਣਾ ਬੰਦ ਕਰਤਾ ਮੇਰਾ, ਮੇਰੇ ਤਾਂ ਦਿਨ ਖਰਾਬ ਹੋ ਗਏ ਨੇ, ਵੀ ਪੈਸਾ ਤੇ ਲਈ ਕੋਈ ਨਹੀਂ ਹੈਗਾ, ਮਰ ਗਿਆ ਨਾ ਹੋਵੇ ਤੇ ਸ਼ਕਲ ਉਹ ਬੇਸ਼ਕਲ। ਜਿਹੜਾ ਚਿੱਟਾ ਵੈ ਉਹ ਚਿੱਟੇ ਦੇ ਵਿੱਚ ਜਿਹੜੇ ਸੁਭਾਸ਼ ਸਹਿਗਲ ਜੀ ਦੇ ਐਨ ਜੀ ਓ ਥੱਲੇ ਕੰਮ ਹੋ ਰਿਹਾ ਉਹ ਉਹਨਾਂ ਦੇ ਬਰਾਬਰ ਦੇ ਪਾਰਟਨਰ ਹੋ ਗਏ ਨੇ। ਅੱਗੇ ਜੀ ਜਿਹੜਾ ਉਹਦੀ ਚੇਅਰਪਰਸਨ ਹੈ ਜੀ ਰਾਸ਼, ਉਹ ਕਹਿ ਰਹੀ ਹੈ ਜੀ ਮੈਂ ਹਿੰਦੂ ਉਹਦੀ ਜਾਗਦਾ ਜਮੀਰ ਦੀ ਹੈੱਡ ਹੈਗੀ ਹਾਂ, ਠੀਕ ਹੈ। ਇਹ ਦੇਖੋ ਜੀ ਨਵਾਂ ਸ਼ਹਿਰ ਦੀ ਪੂਰੀ 66 ਪੰਨਿਆਂ ਦੀ ਫਾਈਲ ਕਢਾਈ ਗਈ ਹੈ। 2005 ਦੇ ਵਿੱਚ ਕੋਮਰ ਵਰਮਾ ਨਾਂ ਦੇ 4 ਕਿਲੋ ਦਾ ਪਰਚਾ ਦਰਜ ਹੈ ਔਰ ਮਨੀਸ਼ ਵਰਮਾ ਇਹਦਾ ਹਸਬੈਂਡ ਸੀ ਉਹ 'ਤੇ ਪਰਚਾ ਦਰਜ ਹੈ। ਬਦਕਿਸਮਤੀ ਉਹਦੀ 2008 'ਚ ਡੈਥ ਹੋ ਚੁੱਕੀ ਹੈ ਔਰ ਅੱਜ ਵੀ ਜਿਹੜਾ ਚਿੱਟਾ ਬੜਾ ਖੁੱਲ੍ਹ ਕੇ ਜਾਗਦਾ ਜ਼ਮੀਰ ਦੇ ਝੰਡੇ ਥੱਲੇ ਵਿਖ ਰਿਹਾ ਹੈ, ਕਿਉਂਕਿ ਇਹ ਮੈਂ ਨਹੀਂ ਕਹਿ ਰਿਹਾ, ਇਹ ਰਾਸ਼ਟਰੀ ਚੇਅਰਪਰਸਨ ਸੀਮਾ ਵਰਮਾ ਆਪਣੇ ਇੱਕ ਆਡੀਓ 'ਚ ਕਹਿ ਰਹੀ ਆ ਔਰ ਆਡੀਓ ਜਿਹੜੀ ਆ ਪਨੀਤ ਸੇਠੀ ਜੀ ਨਾਲ ਵਾਇਰਲ ਹੋਈ ਹੋਈ ਆ, ਪੁਖਤਾ ਪਰੂਫ ਨੇ। ਇਹ ਉਸ ਤੋਂ ਬਾਅਦ ਹੈਗਾ ਜੀ ਰਿਕਾਰਡ, ਇਹ ਕਹਿੰਦੀ ਹੈ ਜੀ ਮੈਂ ਮਜਬੂਰੀ ਨਾਲ ਚਿੱਟਾ ਵੇਚਿਆ, ਮਜਬੂਰੀ ਇਨਸਾਨ ਦੀ ਇੱਕ ਵਾਰੀ ਹੁੰਦੀ ਦੋ ਵਾਰੀ ਨਹੀਂ ਹੁੰਦੀ। ਇੱਕ ਪਰਚਾ ਇੱਥੇ ਦਰਜ ਹੋਇਆ ਜੀ 2003 ਦੇ ਵਿੱਚ ਰਾਜਸਥਾਨ ਕੋਟਾ, ਉਸ ਤੋਂ ਬਾਅਦ ਕਹਿੰਦਾ ਇੰਨੇ ਹੌਸਲੇ ਵੱਧ ਗਏ, ਉਹਦੇ ਕੋਲ 250 ਗ੍ਰਾਮ ਫੜੀ ਗਈ ਸੀ, ਉਸ ਤੋਂ ਬਾਅਦ ਕੋਲ ਨਵਾਂ ਸ਼ਹਿਰ ਦੇ ਵਿੱਚ 4 ਕਿਲੋ ਚਿੱਟਾ ਫੜਿਆ ਗਿਆ 2005 ਦੇ ਵਿੱਚ, ਯਾਨੀ ਕਿ 2003 ਤੋਂ ਲੈ ਕੇ 2005 ਦੋ ਸਾਲ ਦਾ ਪੀਰੀਅਡ,
ਜਿਹੜੀ 2 ਸਾਲ ਦੇ ਪੀਰੀਅਡ ਦੇ ਚਿੱਟੇ ਵਿੱਚ ਪੂਰੀ ਤਰ੍ਹਾਂ ਸਲਿਪਤ ਰਹੀ ਆ। ਪਰ ਨਵਾਂ ਸ਼ਹਿਰ ਦੀ ਕੈਪੇਬਿਲਟੀ ਉਹਨਾਂ ਦੇ ਉਦੋਂ ਜਿਹੜੇ SSC ਸਾਹਿਬ ਹੁੰਦੇ ਕਮਿਸ਼ਨਰ ਕਰ ਹੁਣ ਕਿਹਾ ਜਾਂਦਾ ਹੈਗਾ, ਉਹਨਾਂ ਨੇ ਇਹਨੂੰ ਫੜਿਆ, ਉਹ ਰਹਿ ਕੇ 4 ਕਿਲੋ ਦਾ ਪਰਚਾ ਦਰਜ ਕੀਤਾ। 2009 'ਚ ਇਹ ਪਰੋਲ 'ਤੇ ਬਾਹਰ ਆਈ ਹੈ। 2009 ਤੋਂ ਬਾਅਦ ਇਹਨੇ ਆਪਣਾ ਨਾਮ ਬਦਲ ਕੇ ਸੀਮਾ ਵਰਮਾ ਰੱਖ ਲਿਆ। ਔਰ ਜੇ ਇਹਨਾਂ ਕੋਲ ਕੋਈ ਪੁਖਤਾ ਪਰੂਫ ਹੈਗੇ ਹਾਈ ਕੋਰਟ ਤੋਂ, ਜਾਂ ਤਾਂ ਮੀਡੀਆ ਨੂੰ ਆਪਣੇ ਰਿਲੀਜ਼ਿੰਗ ਪੇਪਰ ਦੇਵੇ, 100% ਇਹ PO ਹੈ। ਅਤੇ ਮੈਂ ਇਹੀ ਮੰਗ ਕਰੂੰਗਾ ਮਾਨਯੋਗ ਕਮਿਸ਼ਨਰ ਸਾਹਿਬ ਕੋਲੋਂ ਕਿ ਇਹਨੂੰ ਫੌਰਨ ਅਰੈਸਟ ਕੀਤਾ ਜਾਵੇ, ਕਿਉਂਕਿ ਇਹਦਾ ਪਾਸਪੋਰਟ ਬਣਿਆ ਆ, ਇਹਦਾ ਬੇਟਾ ਬਾਹਰ ਹੈ। ਮੈਨੂੰ ਇਹ ਬਿਲਕੁਲ ਸ਼ੱਕ ਆ ਕਿ ਇਹ ਕੱਲ੍ਹ ਸ਼ਾਮ ਤੱਕ ਹੋ ਸਕਦਾ ਸੁਭਾਸ਼ ਸਹਿਗਲ ਵੀ ਨਾਲ ਰਫੂ ਚੱਕਰ ਹੋ ਜਾਏ। ਸੁਭਾਸ਼ ਸਹਿਗਲ ਜੀ ਜਿਹੜਾ ਮਕੋਟਾ ਪਾ ਕੇ ਬੈਠੇ ਆ ਦਾਨਵ ਦਾ ਕਿ ਮੈਂ ਸਮਾਜ ਦਾ ਸੇਵਕ ਹਾਂ, ਮੈਨੂੰ ਸਿਰਫ ਇੱਕ ਜਵਾਬ ਦਿੱਤਾ ਜਾਵੇ ਕਿ ਚੇਅਰਪਰਸਨ ਜਿਹੜੀ ਉਹਨਾਂ ਦੀ ਰਾਸ਼ਟਰੀ ਚੇਅਰਪਰਸਨ 4 ਕਿਲੋ ਚਿੱਟੇ ਦੇ ਪਰਚੇ 'ਤੇ ਦਰਜ ਆ। ਦੂਜੀ ਇਹਨਾਂ ਦੀ ਕਿ ਜੈਸਮੀਨ ਅਰੋੜਾ, ਉਹ ਕਬੂਤਰਬਾਜ਼ੀ ਦੇ ਉੱਤੇ ਮੇਰੇ ਖਿਆਲ 2 ਜਾਂ 3 ਪਰਚੇ ਦਰਜ ਆ। ਔਰ ਵੈਸ਼ਿਆਵਿੱਤੀ ਵਿੱਚ ਤਾਂ ਇਹ ਬੜੇ ਪੁਰਾਣੇ ਅਵਰ ਰਹੇ ਨੇ, ਕਿਉਂਕਿ ਇਹਨਾਂ ਔਰਕੈਸਟਰਾ ਹੁੰਦਾ ਸੀਗਾ, ਅਸੀਂ ਨਹੀਂ ਕਹਿੰਦੇ ਔਰਕੈਸਟਰਾ ਹੋਣਾ ਚਾਹੀਦਾ, ਉਹਦੇ ਵਿੱਚ ਸੰਸਕ੍ਰਿਤ ਗਾਣੇ ਵੀ ਹੋਣੇ ਚਾਹੀਦੇ ਆ। ਉਹ 'ਚ ਇਹ ਕੋਈ ਸਾੜੀਆਂ ਪਾ ਕੇ ਇਹ ਨਹੀਂ ਨਚਾਇਆ ਜਾਂਦਾ ਕਿ ਕੋਰੇ ਕੀ ਕਾਗਲੇ ਬੈਠੇ ਹੋ। ਉਹ ਸਭ ਵੀਡੀਓ ਪਹਿਲੇ ਵਾਇਰਲ ਹੋ ਚੁੱਕੀਆਂ, ਅਸੀਂ ਅੱਜ ਵੀ ਪ੍ਰਸ਼ਾਸਤ ਪੱਤਰਕਾਰ ਭਾਈਚਾਰ ਨੂੰ ਦੇਵਾਂਗੇ। ਬਹੁਤ ਵਧੀਆ ਕੁਐਸਚਨ ਹੈ। ਦੇਖੋ, ਆਪ ਸਰਕਾਰ ਜਦੋਂ ਆਈ ਸੀ ਉਹਨਾਂ ਨੇ ਕਿਹਾ ਸੀ ਇੱਕ ਮੌਕਾ ਆਪ ਕੀ ਸਰਕਾਰ ਕੋ, ਜਨਤਾ ਨੇ ਦਿੱਤਾ, ਫਤਵਾ ਦਿੱਤਾ, ਬਦਲਾਵ ਆਇਆ। ਕੇਜਰੀਵਾਲ ਸਾਹਿਬ ਦੀ ਇਹ ਇੱਕ ਉਦੋਂ ਸੀਗੀ ਆਪਣੀ ਕਿ ਕੋਈ ਵੀ ਮੇਰਾ ਕਾਰਿਆਕਰਤਾ ਜਾਂ ਕੋਈ MLA ਵੀ ਭ੍ਰਸ਼ਟ ਜਾਂ ਕਰਪਸ਼ਨ ਜਾਂ ਕੋਈ ਕਾਰਿਆਕਰਤਾ ਫੜਿਆ ਜਾਏਗਾ, ਉੱਤੇ ਜਿਹੜੇ CM ਸਾਡੇ ਭਗੌਦੋ ਆ ਜੀ, ਮੈਂ ਸਲੂਟ ਕਰਦਾ, ਇੱਕ ਨਾਈਸ ਪਰਸਨ ਹੈ, ਉਹਨੂੰ ਡਿਸਮਿਸ ਕੀਤਾ ਜਾਏਗਾ। ਅਸੀਂ ਇਹ ਮੰਗ ਕਰ ਰਹੇ ਹਾਂ ਕਿਉਂਕਿ ਇਹਦੇ 3 ਪੈਕਟ ਬਣ ਚੁੱਕੇ ਆ। ਇੱਕ CM ਸਾਹਿਬ ਨੂੰ ਭੇਜਿਆ ਜਾਏਗਾ, ਇੱਕ ਕੇਜਰੀਵਾਲ ਨੂੰ ਭੇਜਿਆ ਜਾਏਗਾ, ਇੱਕ ਗ੍ਰਹਿ ਮੰਤਰੀ ਅਮਰਿੰਦਰ ਗੋਇਲ ਨੂੰ ਭੇਜਿਆ ਜਾਏਗਾ ਕਿ ਜੇ ਸੈਂਟਰ ਹਲਕੇ ਦੇ ਵਿੱਚ ਇਹ ਬੰਦ ਨਾ ਹੋਇਆ ਤਾਂ ਜਿਹੜਾ ਚਿੱਟਾ ਗਲੀਆਂ 'ਚ ਵਿਕਣ ਰਿਹਾ ਉਹ ਕੱਲ੍ਹ ਨੂੰ ਰੇਹੜੀਆਂ 'ਤੇ ਵਿਕੇਗਾ। ਮੈਨੂੰ ਇਹ ਚੀਜ਼ ਨੂੰ ਕਹਿੰਦਿਆਂ ਬੜੀ ਮਤਲਬ ਕਿ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਡਾਕਟਰ ਅਜੇ ਗੁਪਤਾ ਜੀ ਨੂੰ ਜਨਤਾ ਨੇ ਚੁਣਿਆ, ਬਦਲਾਵ 'ਚ ਆਇਆ, ਪੜ੍ਹੇ ਲਿਖੇ ਇਨਸਾਨ ਹੈ, ਇੱਕ ਹੋਸਪਿਟਲ ਹੈ, ਓਨਰ ਹੈ ਸ਼ਨੀਵਨੀ, ਜਿੱਥੋਂ ਤੱਕ ਮੇਰੀ ਆਪਣੀ ਸੋਚ ਆ ਜਾਂ ਮੈਨੂੰ ਪਤਾ ਹੈ, ਉਹ ਆਪਣਾ ਸ਼ੈਲਟਰ ਦੇ ਰਿਹਾ ਸੁਭਾਸ਼ ਸਹਿਗਲ ਵਰਗੇ ਨੂੰ ਜਿਹਦੇ 'ਤੇ ਕਰਪਸ਼ਨ ਦੇ ਕਿੰਨੇ ਪਰਚੇ ਦਰਜ ਆ। ਔਰ ਕਈ ਚੀਜ਼ਾਂ ਦੇਖੋ ਸਾਹਮਣੇ ਆ ਰਹੀਆਂ ਜਿਹੜੀਆਂ ਮੈਂ ਚਲੋ ਦਾ ਤੋਂ ਮੇਰੇ ਕੋਲ ਮੰਗ ਸਕਦਾ। ਹੁਣ ਮੈਂ ਸਿਰਫ ਇਹ ਦੇਖਣਾ ਵਾ ਕਿ ਸਾਡੇ CM ਮਾਨਯੋਗ ਭਗਵੰਤ ਮਾਨ ਜੀ ਉਹਨਾਂ ਨੇ ਥੱਲੇ ਬਣਾਏ MLA ਅੰਮ੍ਰਿਤਸਰ ਦੇ ਵਿਧਾਇਕ, ਖਾਸ ਕਰ ਸੈਂਟਰ ਦੇ ਅਜੇ ਗੁਪਤਾ ਜੀ, ਜਿਨ੍ਹਾਂ ਨਾਲ ਕੇਕ ਕੱਟਣ ਦੀਆਂ ਉਹਦੇ ਘਰ ਜਾਣ ਦੀਆਂ ਫੋਟੋਆਂ ਸਿਰੇ ਸੂਰੇ ਪਾਉਂਦੇ ਆ, ਹੁਣ ਕਿਆ ਉਹਦੇ 'ਤੇ ਨਕੇਲ ਕਸਣਗੇ, ਉਹਨੂੰ ਆਪ ਸਰਕਾਰ ਤੋਂ ਬਰਖਾਸਤ ਕਰਨਗੇ, ਕਿਆ ਸੀਮਾ ਨੂੰ ਸਿੱਧੀ ਸਾਹਿਬ ਨੂੰ ਅਰੈਸਟ ਕਰਾਂਗੇ? ਜੇ ਉਹ ਅਰੈਸਟ ਨਹੀਂ ਕਰਾਉਂਦੇ ਤਾਂ ਆਉਣ ਵਾਲੇ ਦਿਨਾਂ 'ਚ ਇਸ ਤੋਂ ਵੱਡੀ ਵਿਸ਼ਾਲ ਕੈਸਟੈਂਸ ਹੋਏਗੀ ਜਿਹਦਾ ਅਜੇ ਗੁਪਤਾ ਜੀ ਨੂੰ ਬਿਲਕੁਲ ਟਾਰਗੇਟ ਕੀਤਾ ਜਾਏਗਾ। ਉਹ ਨੂੰ ਸ਼ਾਇਦ ਤੁਸੀਂ ਮੇਰੇ ਤੋਂ ਪਹਿਲੇ ਜਾਣਦੇ ਹੋਵੋਗੇ ਕਿਉਂਕਿ ਬਹੁਤ ਸੀਨੀਅਰ ਪੱਤਰਕਾਰ ਵਿੱਚ ਬੈਠੇ ਹੋਏ ਆ, ਔਰ ਤੁਹਾਨੂੰ ਸ਼ਾਇਦ ਇਹ ਜਾਣਕਾਰੀ ਹੋਏਗੀ ਕਿ ਇਹ ਬੰਦੇ ਨੇ ਅਕਾਲੀਆਂ ਦਲ 'ਚੋਂ ਇਹ ਨਿਕਾਲਿਆ ਜਾ ਚੁੱਕਾ, BJP 'ਚ ਇਹ ਨਿਕਾਲਿਆ ਜਾ ਚੁੱਕਾ, ਕਾਂਗਰਸ ਵਿੱਚੋਂ ਇਹ ਨਿਕਾਲਿਆ ਜਾ ਚੁੱਕਾ। ਇਹ ਸਿਰਫ ਪੋਲੀਟੀਕਲ ਪਾਰਟੀ ਦੀ ਸ਼ੈਲਟਰ ਇਸ ਕਰਕੇ ਹੀ ਲੈਂਦਾ ਹੈ ਕਿ ਇਹ ਸੀਮਾ ਵਰਮਾ ਦੇ ਨਾਲ ਮਿਲ ਕੇ ਚਿੱਟੇ ਦਾ ਔਰ ਗਲਤ ਕਾਰੋਬਾਰ ਜਿਹਨੂੰ ਅਸੀਂ ਕਹਿੰਦੇ ਹਾਂ ਸੈਕਸ ਸਕੈਂਡਲ ਹੀ ਕਰ ਸਕੀਏ, ਔਰ ਕੋਈ ਨਾ ਕੋਈ ਗੋਡ ਫਾਦਰ ਇਹਨਾਂ ਦੇ ਸਿਰ ਤੇ ਹੱਥ ਰੱਖੇ। ਮੈਂ ਆਮ ਪਾਰਟੀ ਜਿਹੜੀ ਕਿ ਹਜੇ ਜਿਹਨਾਂ ਨੂੰ ਇਹ 7-8 ਮਹੀਨੇ ਹੋਇਆ, ਉਹਨਾਂ ਨੂੰ ਇਹਨਾਂ ਦੇ ਇਹ ਬੈਰੂਪਿਆਂ ਦਾ ਸ਼ਾਇਦ ਨਹੀਂ ਪਤਾ ਹੋਏਗਾ, ਹੋ ਸਕਦਾ ਹੈ ਅਜੇ ਗੁਪਤਾ ਜੀ ਉਹਨੂੰ ਵੀ ਨਹੀਂ ਪਤਾ ਹੋਏਗਾ ਡੀਪਲੀ ਕਿ ਇਹ ਬੰਦਾ ਕਿੰਨਾ ਕੁ ਕਮੀਨਾ, ਅਰੀ ਕਮੀਨੇਪਨ ਦੇ ਸਾਰੇ ਸਬੂਤ ਸਾਰਿਆਂ ਨੂੰ ਅੱਗੇ ਤੁਹਾਡੇ ਅੱਗੇ ਪੇਸ਼ ਕਰ ਦਿੱਤੇ ਆ। ਔਰ ਇਸ ਤੋਂ ਇਲਾਵਾ ਮੈਂ ਇੱਕ ਛੋਟੀ ਜਿਹੀ ਹੋਰ ਇਹਨਾਂ ਦੀ, ਇਹਨਾਂ ਨੇ ਔਰਤਾਂ ਨਾਲ ਜਿਹੜੀ ਇਹਨਾਂ ਨੇ ਮੇਰੀ ਮੈਨੂੰ ਕੰਪਲੇਂਟਸ ਆਉਂਦੀਆਂ ਸੀਗਾ ਅਤੇ ਉਹਦਾ ਜਿਹੜਾ ਤਾਂ ਤੁਸੀਂ ਸਾਰਾ ਵੇਰਵੇ ਹੁਣ ਤੁਸੀਂ ਇਹਦੇ 'ਚ ਦੇਖ ਲਿੱਤਾ। ਔਰ ਮੈਂ ਸਿਰਫ ਮਾਨਯੋਗ CP ਸਾਹਿਬ ਨੂੰ ਇੱਕੋ ਮੰਗ ਕਰਾਂਗਾ ਕਿ ਜਲਦੀ ਤੋਂ ਜਲਦੀ ਇਹ ਦੋਨਾਂ ਨੂੰ ਅਰੈਸਟ ਕਰੋ, ਔਰ ਇਹ ਦੋਨਾਂ ਨੇ ਆਪਣੇ ਬੇਟੇ ਬਾਹਰ ਫੋਰਨ ਵਿੱਚ ਭੇਜੇ ਹੋਇਆ, ਸਭ ਤੋਂ ਪਹਿਲੇ ਇਹਨਾਂ ਦੇ ਪਾਸਪੋਰਟ ਜ਼ਬਤ ਕੀਤੇ ਜਾਣ। ਔਰ ਜਾਂਦੇ ਜਾਂਦੇ ਉਸ ਬਾਛੀ ਮੁਜਰੇ ਵਾਲਾ ਲੋਕਾਂ ਉੱਤੇ ਦੇਖੋ ਆਪਣਾ ਰਸੂਖ ਕਿੱਦਾਂ ਕਾਇਮ ਕਰਦਾ, ਇਹ ਦੇਖੋ ਸਾਰੇ ਇਹਨਾਂ ਦੇ ਆਮ ਪਾਰਟੀ ਦੇ ਸੀਨੀਅਰ ਆਗੂ ਨੇਤਾਵਾਂ ਦੇ ਉੱਤੇ ਨਾਲ ਇਹਨਾਂ ਦੀਆਂ ਤਸਵੀਰਾਂ, ਇਹ ਸਾਰੇ ਉਹਨਾਂ ਦੇ ਆਮ ਪਾਰਟੀ ਦਾ ਸੀਨੀਅਰ ਨੇਤਾ ਹੈ, ਉਹਨਾਂ ਨਾਲ ਉਹਨਾਂ ਦੀਆਂ ਤਸਵੀਰਾਂ ਦੇਖੋ ਕਿੱਦਾਂ ਜੱਪੀਆਂ ਪਾ ਕੇ ਖੜੇ ਆ ਦੋਵੇਂ। ਇਹ ਰੀਸੈਂਟ ਕੱਲ੍ਹ ਪਰਸੋਂ ਦੀ ਫੋਟੋ ਹੈਗੀ ਆ ਜੀ। ਦੇਖੋ ਮੈਂ ਇਹਦੇ ਬਾਰੇ ਪਹਿਲੇ ਕਹਿ ਰਿਹਾ ਜੀ ਕਿ ਜਾਂ ਤਾਂ MLA ਅਜੇ ਗੁਪਤਾ ਜੀ ਗੁੰਮਰਾਹ ਹੋ ਰਿਹਾ ਜਾਂ ਗੁੰਮਰਾਹ ਹੋ ਚੁੱਕੇ ਹੈ ਜਾਂ ਕੋਈ ਅੰਦਰ ਤਾਲਮੇਲ ਬੈਠ ਚੁੱਕਾ ਵਾ, ਕਿਉਂਕਿ ਜਾਗਦਾ ਜ਼ਮੀਨ ਦਾ ਸਾਰਾ ਕੱਚਾ ਚਿੱਠਾ ਜਿਹੜਾ ਮੈਂ ਹੁਣੇ ਪ੍ਰੋਵਾਈਡ ਕਰਵਾ ਦੇਣਾ ਵਾ, ਕਿਉਂਕਿ ਜਾਗਦਾ ਜ਼ਮੀਨ ਦੇ ਜਿਹੜੀ ਰਾਸ਼ਟਰ ਚੇਅਰਪਰਸਨ ਹੈ ਉਹ ਬਹੁਤ ਵੱਡੀ ਚਿੱਟੇ ਦੀ ਵਪਾਰੀ ਆ।
और ही फेसबुक देखी जाए और फेसबुक के उपर नावे तो लगता कि वो जो पैसा इन इनलीगल तरीके आ रहा है। वैसे जो कदम लाइव होना है वो पता चलती है कि मैं 25 रुपये ब्याज से लिया, पर जो कपड़े पाए तो 25 रुपये की 25,000 की ड्रेस होंगी है। और सहगल साहब ने सिर्फ यही पूछना चाहना वा कि तुसी सिर्फ अपनी चेयरपर्सन सारा पता है कि वह चिट्टे भी व्यापारी है। जै सिर्फ MLA गुप्ता साहब ने पूछना चाहना कि जो अज वर्षन चाह जी कहते जी मेरी नोटिस अज आया तो मैं देखा कि आम आप सरकार अमृतसर के जोड़े साढ़े विधायक है क्या वो सुभाष सहगल तो सीमा वर्मा अरैसट करेंगे तो क्या गुप्ता साहब उन्होंने शैल्टर देंगे सदे कर दिए सर सारा कुछ गाना हो गया। हाँ जी सुभाष सहगल एक वीडियो देख रहे हैं वो कह रहे मैं आम पार्टी वालों आया और मैनू आम पार्टी वालों हुक्म आया कि जाके हाँ। कि महल्या 11 मैंबरिया कमेटी बनाई जाए लेडीज की। वाई लेडीज तू ऑलरेडी तेरा गलत करैक्टर का बंदा वाई लेडीज। और सैकेंडली 92 MLA हजे तक किसी MLA नू एह जी कोई पावर नहीं दी गई कि जाके तुसी आम पार्टी दियां उत्थे कमेटियां बनाओ जाके। एरा मतलब सुभाष सहगल मतलब मैं मंत्रियों तो भी उत्ते हो गया MLAs तो भी उत्ते हो गया और बहुत ही कट्टा छट्टा सर इन्हां दा मैं तुहानू जे अगर बयान करन ते आवां इस तो अलावा जे मैं उन्हां नू सुभाष सहगल नू पाछी मुजरे वाला कहना उहदे पिछे रीजन है क्योंकि अजय गुप्ता जी दामन दाग दर हो चुका है इस तो पहले लीरो लीर हो जाए इस गल की तह विच जाओ एहो जे बंदे गंदे बंदे की तफ्तीश करो इन अरेस्ट करो और अपनी पार्टी का रुतबा उत्ते करो नहीं तो आने वाले टाइम च ताडे ऑफिस के बाहर सारे समाजिक संगठन सारे राजनीतिक संगठन मिल के धरने लगानगे और शहर शहर चे पुतले फुके जाएंगे। मेरे मंग पत्र कमिश्नर साहब नू डीजल हुण दिता जाएगा कि यह प्रूफ दिते जाएंगे कि फोरन रैश पाई जाए और जो सीमा वर्मा कह रही मेरे को लिस्ट है सुभाष सहगल की और जो होर किन्ने को खुलासे होने हैं महाकाल जाने कुछ शब्द साढ़े राज चेयरपर्सन कहने ये भी दोवान कोमल वर्मा दुखियारियां जी दो कौन सा सीट हमारे वार्ड प्रधान के काबल नहीं कोई कौन सा सीट लैके चिट्टा मतलब कि जितने सेब नाखा बिकनी हो उ नग बिकनगे 4 किलो का परचा दर्जा सर 200-250 ग्राम नहीं अज की 4 किलो की वैल्यू कि सर अज शहर च चोरियां डकैतियां लुटमार एदे बिहाइंड की आ नशा क्योंकि नशे की पूर्ति नहीं हो पाती और हर बंदा अपनी औकात के हिसाब नाल अनेक ज्यादा क्राइम बढ़ चुका है उहदे बिहाइंड बेसिक उहदा नशा ही है। और इत्थे बैठे जिन्ने भी सारे आपां जिन्ने भी सज्जन भैन भरा बैठे हाँ सानू किते ना किते साडे दिमाग च भी होएगा बाहर साडी बाइकां लगियां कि तुसीं सैटिस्फाइड हो कि वो सेव होनगियां नहीं कोई भी हर बंदे नू अपनी अपनी हर चीज़ की टेंशन भी होगी क्योंकि नशे दे जेड़े जेड़ी नशे की पूर्ति जेड़ी आ अनग पंजाब की नौजवानी नू नशा लगा दिता जा रहा जिदे करके साडा अमृतसर का नाम गुरुआ की नगरी का नाम देश विदेशों जरा बदनाम हो रहा इस करके असी अज मैं निशा चौहान नैशनल चेयरपर्सन ऑल इंडिया हिंदू एकता मंच जिवें कि असी अज इन्हां दे खुलासे कढ़े ने ते सानू किसी चीज़ का डर नहीं है क्योंकि असी हमेशा चंगे काम ही किए ने। सीमा वर्मा जी ने जिहड़े काम किए ने वह उन्हां दा पास्ट है पर अज फ्यूचर दे विच भी वह जो कुछ कर रहे हैं देखो हर इंसान जदों एक काम छड़ के दूसरा काम करता है तो वह कोई ना कोई मेहनत वाले पासे जाता है जो उस इंसान को अपनी गिल्टी फील होंदी है ना कि मैं यह काम गलत किया अज मैं सही कर रहा। असी मैं एक विडो लेडी हाँ मेरिया दो बेटिया ने मेरे सहुरिया ने मैं इंसाफ नहीं दिता मैं कोई खर्चा नहीं दिता फिर भी मैं अज अपने बच्चे पाल रही हाँ मैं सड़कों पर खलो के कैंप लगा रही हाँ मैं पता है मैं मेहनत कर रही हाँ मेरे आले दुआले दे मेरे भैन भरा मेरे रिश्तेदार सबनों पता है कि मैं की काम कर रही हाँ मैं किस तरह मेहनत कर रही हूँ मैं किस तरह अपने बच्चे पाल रही हाँ। इसके बावजूद भी इन्हों का एक काम हैगा है कि असी चैक से पैसे देने हैं देना असी 20-30 हज़ार या 50 हज़ार लख है पर उसनू जो असी पैसे वापस कर दें फिर उस तो बाद हरासमेंट किया जाता है उन्होंने चैक लगाए जाते हैं फिर उन्होंने प्रॉपर्टी जब्त की जाती है उन्होंने इस हद तक हरासमेंट किया जाता है कि बंदा ना जीन जोगा रहा तो ना मरण जोगा रहा है। सेम कंडीशन मेरे नाल भी है मैं इन्हों को जोड़े पैसे ले सी मैं इन्हों 6 लख वापस कर चुकी हाँ पर मेरे चक्कों का मिसयूज करके ये किसी होर को लगा रहे हैं तो फिर भी असी प्रशासन को उम्मीद करते कि साढ़े नाल इंसाफ होएगा। बहुत चिर तो सोशल मीडिया से भी भौंक रहा तो नाल अजकल ये होर एक पुनीत सेठी सोशल वर्कर जोड़ा रलिया होया जिदे के अपने प्यो ने सेहरा पाता सी कि ठग गा लोग और घर गए कि यह पैसे जड़े है यह दिता नहीं पिया साढ़े तो प्यो ने सेहरे पुनीत सेठी के
फोटो ते सेरा पाता कि मेरी वालों मर चुका है। अज वह एक अन्ना एक कौड़ी रब मलाई जोड़ी, अज वह दो जने रल के ये जड़ा विक्रम गंगोत्रा मेरे ते आरोप ला रहा है ना, ये बंदा कम से कम मेरे नाल 3 साल जुड़िया रहा और 3 साल इन्हें मेरे घर की सब्जी तक ढोई और 11 लाख रुपया इन्हें यदि जनानी ने यदि कुड़ी ने इन्होंने रल के मेरी ठगी मारी स्कीम दे नाल प्लैन दे नाल। विकास वर्मा सुषमा थापड़ वह भी रले सी ये नाल जिदे कि मेरे को प्रूफ ने और कोर्ट के ये नॉन अवेलेबल वरंट ने मेरे कोल पे ने। अज भी चाहे पुलिस नूं जाकर चुक सकती पर मैं चुकाना नहीं, मैं इनू किसी होर स्कीम च बैठी हुई हाँ। बाकी रही गल ये कुत्ते दे भौंकन नाल ते फिर मैं जरूर पूछना चाहवागी कि सीपी साहब नूं किहड़ा मेरा महीना जांदा पिया है कि सीपी साहब यह कुत्ता रोज भौंकन डिया चिट्टा 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 तो मैनूं पुलिस क्यों नहीं फड़दी, जे मैं चिट्टा वेचदी मैनूं पुलिस फड़े। सन 2005 की गल सी केस होया केस खत्म हो गया, बड़े बड़े लोग सुधर जाते ने। असी साड़िया पुराने इतिहास चुके वेख लो कि जिन्होंने 100-100 कतल भी किए वह भी सुधर जाते हैं। तो ठीक है मैं इस चीज़ को डिनाई हूँ नहीं करती कि मैं नहीं किया, पर जे मैं किया लोग कहते ने तो मैं भुगत लिया तो हूँ मैनू की वो प्रशासन फांसी थोड़ी ला देगा। बार बार मैं हाई कोर्ट तो आई हुई हाँ मैं फांसी ला देंगे। सैकेंडली मेरे उस आड़ दे विच सिर्फ तो सिर्फ इन्हों का मकसद मेरा पैसा खाना है। एक कुत्ते ने मेरा उही पैसा जड़ा देना है 11 लाख रुपया शोरूम के नाम से इन्हें ठगी मारी सी मेरे नाल और अज ये अदालत चो भी वरंट निकले ने। कुछ पुलिस अफसर ने पैसे खा के दा साथ दिता, कुछ पोलीटिकल बंद ने यह साथ दिता जेडे अज भी इन्हू पिछों पंप कर रहे हैं। मैं कहनी साबित करावे मैनू पुलिस, मैनू साबित करावे विक्रम गंगोत्रा कि मैं। बाकी जे वह यह सोचता कि मैं यहोजे एलीगेशन लावगा तो सीमा डर जाएगी ते ओ ते फिर जुतियां वाले काम कर रहा है ते जुतियां उन्हें पै जानियां ने। ओ सिर्फ ते सिर्फ इन्हां गल्लां नूं हुण तां हाईलाइट कर रहा है, प्रेस वालियां नूं भेज रहा है कि शायद सैगल डर जूगा क्योंकि श्रीमान जी एक जिथे कमरे तुसीं बैठे ते कैमरा चलता पिया उन्हां दी सारी वीडियो रिकॉर्डिंग जिहड़ी है मेरे घर हुंदी है। उस तों इलावा थल्लों पौड़ियां तों चल के आओगे ना तुसीं थल्लों ते तुहानूं सामने कैमरे लगे दिखणगे। 16 कैमरे मेरी सिक्योरिटी वास्ते लगे इस बिल्डिंग च क्योंकि मेरे ते हमले हुए सी, उनकी भी कवरेज तुसीं कीती सी, तुहाडे कोल आए सी, मेरे ते गोलियां दा हमला भी होया सी, गोलियां भी चलाईयां सी, मेरी कोठी बार भी 40-50 बंदे आ गए मेरे ते हमला कीता सी। ते 10 अक्तूबर 2021 नूं सारे एविडेंस तुहाडे कोल हैगे आ। मैं उदों मैनूं कुंवर साहब ने एक सलाह दी सी भी तू ना अपने सिक्योरिटी टैट कर, कुंवर साहब जी ने वरिंदर सरदेव जी हुंदे आ भी उन्होंने कहा भी तू जिथे भी रहना कैमरे लै। हुण जिहड़ी मैं गड्डी बहना उहदे च भी कैमरे लगे हुंदे आ, मैं मेरा सिस्टम इहो जिहा मैं हर वेले कैमरे की निगरानी रहना वा। क्योंकि मैनू ना अज तो 2.5 साल पहला इस भैन ने मैनू अवगत कराया सी भी तुहाडे ते कुछ कौंसलर मेरे को आए ने, मैनू वो पैसे का लालच दे रहे भी तुहाडे ते कोई असी स्कैंडल बनाईए। तो मैं तो चलो पहला भी इन्हां कम्मां ते विश्वास नहीं करता, जो परमात्मा ने अपना लाइफ पार्टनर वधिया दित्ता तो बाहर गूं उही खांदे जिन्हां नूं अपने लाइफ पार्टनर ते विश्वास नहीं हुंदा। मैं स्पष्ट हाँ साफ हाँ ये रोप निराधार है, जे मैं किसी लड़की ने आर्थिक शोषण करता होवांगा तो वीडियो तो आती होएगी, फिर तो हुण तक मेरी वाइफ मैनूं छड़ के चल जाणी सी। अच्छा जदों हाथी लंघदा बाजारां ते कुत्ते भौंकदे ने बाजारां च, जो हाथी ने अपनी चाल चलना तो कुत्तिया का काम है भौंकना। हुण कुत्ते भौंकणगे तुसीं उहनूं चुप करा लोगे? साडे ग्रुप च वी इक कुत्ता हैगा सी बड़ा भौंकदा सी, हुण पिंडां दे की करदे आ जदों कुत्ता ज़्यादा भौंकना शुरू करदा उहनूं पिंड चों बाहर कर दिंदे आ, आपे ही भौंक भौंक पागल हो जांदा, आपे ही भौंक भौंक चुप हो जाएगा। वो कुत्ता काफ़ी चिर तों भौंकदा आ रहा है। तो चलो मैं उन दीआं गल्लां दा जवाब नहीं देना चाहुंदा। अच्छा मेरे ते जिन्ने इल्जाम लाए आ जे मेरे ते इल्जाम लाए, जे मैं चिट्टा वेचदा वा कभी मेरे खिलाफ जदों लोग मेरे नाल रहिंदे उन्हां उदों कंप्लेंट क्यों नहीं कीती? अज लोग जदों इत्थों संस्था चों निष्कासित कर दिते गए ने, जदों उन्हां नूं संस्था चों कढ़ता है क्यों कढ़िया सी? उन्हां डॉक्टर जय गुप्ता जी को इलैक्शन विच पैसे दी डिमांड कीती सी ते डॉक्टर साहब ने कहा सी वी जागदा अमीर ने साडा समर्थन कीता निस्वार्थ बिना पैसे मदद करेगा, और जागदा अमीर ने अमृतसर दे पलक है 5 हलकिआं च एम एल ए की बेनती प्रवान करते हुए जोड़े अब मौजूद एम एल ए आते उदो एम एल ए नहीं है जो इतने 5 जनवरी आए थे उन्होंने बेनती प्रवान करते हुए 5 हलकिआं च आम आदमी के हक प्रचार किया तो उन्होंने भारी मतों जिताया। अज यह चीज़ा उन्होंने को हजम नहीं हो रही, उन्होंने हूँ की करना? उन्होंने होने हो 25-30 साल उन्होंने को दोष ही लगने जेडे बेबुनियाद है। कोई एक दोष मेरे से साबित कर दो, मैं तो कचहरी बैठा वा, मैं
मनने तैयार जिम्मेवार कोई एक मेरे उन्होंने इल्जाम लाया भी शर्मा एडमिट कर दी भी मेरे तो 2000 परचा होया 2005 जिन्हों का परचा होया NDPS का इन्हें मैं भी दसिया पिछे दसिया जो यह मुद्दा इन्हें चुकया 2005 मुद्दा इन्हों का परचा होया तो 2009 चैक इन्ह का केस खारिज हो गया या बरी हो गया जो भी हो वट एवर जदों इन दे परचा सी उदों जिहड़ा विक्रम गंगोत्रा इन्हों एलीगेशन ला रहा है वह इन्हों का साथी से इन्हों को 11 लाख रुपया लैके उन्हें कारोबार किया तो बाद 11 लाख हजम कर गया उनके वरंट भी निकले आ मेरे को सीमा शर्मा जोड़े गए 2 सितंबर 2020 मैं मिले आ विक्रम दे शिकायत करना आए थे मेरे भाजी पैसे फस गया कढ़ा दो असी उनकी कंप्लेट की CP साहब मिले SP साहब मिले चलो मेरी NGO च कोई भी आंदा है सारा शहर जाता सारा पंजाब जाता भी मैं उनके नाल निस्वार जाना वा मैं विक्रम गंगोत्रा या पुनीत सेठी प्रेजेंट साबित करे एक चीज दसे भी प्रेजेंट सीमा जदों की मेरी NGO च हैगी इहदे ते कोई एलीगेशन हैगा जदों की सीमा शर्मा 2020 तो आई है 2020 तो बाद इहदे ते कोई FIR होई होवे इहदे घर कदी पुलिस गई होवे इहदे खिलाफ कोई कंप्लेंट होई होवे कोई एक अद्धा का प्रूफ होना चाहिए ना गल करन वास्ते तुसी तो खुद समझदार हो तुसी उन्होंने कहना है भी सैकल तुहानू ही पता है कि 2020 तो मेरे को आई है सीमा शर्मा का पहला मेरे नाल किते भी कोई मेल जोल नहीं कभी असं मिले भी नहीं जिंदगी जदों सीमा शर्मा का परचा होया उदों इन्हों का मेल जोल है विक्रम गंगोत्रे तो हम विक्रम गंगोत्रा ही जानता भी वो भाईवाल से की सी।